ਦਰਿਆ ਦਰਿਆ ਦੇ ਨਾਲ ਕਿਨਾਰੇ ਦਾ ਆਪਦੇ ਮਜ਼ਾਰ ਦੇ ਨਾਲ, ਇਹ ਬੇਰ ਆਪੇ ਮਗਰ ਹੌਲੀ ਹੌਲੀ ਟੁਰੀ ਹੋਈ ਆਈ। ਉਹ ਦਰਖਤਾਂ ਨੂੰ ਮੇਰੇ ਸੁਲਤਾਨ ਸਾਹਿਬ ਨਾਲ ਪਿਆਰ ਹੋ ਜਾਏ, ਉਹ ਐਡੀ ਵਫਾ ਕਰ ਦੇਣ, ਅਤੇ ਆਹ ਜਿਹੜੇ ਮਸ਼ਰਫ ਅਲ ਮਖਲੂਕਾਤ ਮੇਰੇ ਮੁਹੰਮਦ ਦੇ ਦੀਵਾਨੇ ਬੈਠੇ ਕਮਲੀ ਵਾਲੇ ਦੇ ਜਾਨਾਂ ਮਾਰਦੇ ਨੇ, ਇਹਨਾਂ ਨੂੰ ਕਮਲੀ ਵਾਲਾ ਬੱਲਾ ਭੁੱਲ ਜਾ ਸੀ ਮੇਰੇ ਗੁਲਾਮ ਨੇ। ਬਾਈ ਕਿਹੜੀਆਂ ਕਿਹੜੀਆਂ ਗੱਲਾਂ, ਅੱਲਾਹ ਦੇ ਵਲੀਆਂ ਦੀ ਗੱਲ ਛੱਡ ਜਾ ਤਾਂ ਮੁੱਕਦੀਆਂ ਨਹੀਂ, ਸਰਕਾਰ ਦੀਆਂ ਗੱਲਾਂ ਨਹੀਂ ਮੁੱਕਦੀਆਂ, ਵਲੀਆਂ ਦੀਆਂ ਗੱਲਾਂ ਬਹੁਤ ਥੱਲੇ ਨੇ, ਹਜ਼ੂਰ ਦਾ ਜ਼ਿਕਰ ਬਹੁਤ ਉੱਚੇ। ਅੱਲਾਹ ਅਕਬਰ। ਹਜ਼ਰਤ ਸੁਲਤਾਨ ਬਾਹੂ ਰਹਿਮਤੁੱਲਾ ਅਲੈਹ ਉੱਥੇ ਆਪਣੇ ਡੇਰੇ 'ਤੇ ਬੈਠੇ ਨੇ ਅਤੇ ਫਰਮਾਉਂਦੇ ਰਾਹ ਬਣਾ ਛੱਡੋ, ਗੁਲਾਮਾਂ ਕਿ ਖੈਰ ਹੋਵੇ, ਫਰਮਾਇਆ ਰਾਹ ਬਣਾ ਛੱਡੋ, ਖੱਤਰੀ ਦਾਰੂ ਲੈਣ ਪਿਆ, ਰਾਹ ਬਣ ਗਿਆ ਖੱਤਰੀ, ਉਹ ਦੂਰ ਹੀ ਅਤੇ ਮੁੜ ਚੀਖਾਂ ਪਈਆਂ ਨਿਕਲਣ ਵਜਤ ਤਾਰੀ। ਹਾਂਜੀ, ਸੁਲਤਾਨ ਸਾਹਿਬ ਦੀ ਨਜ਼ਰ ਹੋਈ ਵਜੂਦ ਨਾਲ, ਕੱਪੜਾ ਸੁਲਤਾਨ ਬਾਹੂ ਦਾ ਲੱਗਾ ਆ, ਅਤੇ ਉਸ ਨੇ ਫਿਰ ਅੰਦਰੋਂ ਹਾਲਾ ਛੱਡਿਆ ਆ। ਸੁਲਤਾਨ ਬਾਹੂ ਰਹਿਮਤੁੱਲਾ ਅਲੈਹ ਦੇ ਕਮੀਜ਼ ਨੂੰ ਚੁੰਮਦਾ ਚੁੰਮਦਾ ਸੀਨੇ ਲਾ ਕੇ ਅਤੇ ਕਦਮਾਂ 'ਤੇ ਡੇਕ ਕੇ ਆਉਂਦਾ, ਮੇਰੇ ਪੀਰੇ ਬਾਹੂ ਫਰਮਾਉਂਦੇ ਨੇ ਬੇ ਬਿਸਮਿਲਾ ਇਸੇ ਅੱਲਾ ਦਾ ਇਹ ਵੀ ਗਹਿਣਾ ਭਾਰਾ ਨਾਲ ਸਫਾ ਤੇ ਮੁਹੰਮਦ ਸਰਵਰ ਤੇ ਛੁੱਟ ਸੀ ਆਲਮ ਇਹ ਸਾਰਾ ਮੈਂ ਕੁਰਬਾਨ ਉਨਾਥੀ ਬਾਹੂ ਜਿੰਨਾ ਮਿਲਿਆ ਨਬੀ ਸਹਾਰਾ ਕਰੀਮ ਦਾ ਗੁਲਾਮ ਬਣਾਇਆ। ਇਹ ਸ਼ਾਨ ਹੈ ਖਿਦਮਤਗਾਰੋਂ ਕੀ, ਸਿਰਦਾਰ ਕਾ ਆਲਮ ਕਿਆ ਹੋਗਾ, ਬਿਨ ਦੇਖੇ ਫਿਦਾ ਹੈ ਹਰ ਕੋਈ, ਦੀਦਾਰ ਕਾ ਆਲਮ ਕਿਆ ਹੋਗਾ। ਮੇਰੇ ਭਾਈਓ, ਅੱਜ ਇਸ ਮਹਿਫਲ ਵਿੱਚ ਮੇਰੇ ਬੱਚੇ ਉਮਰ ਦਰਾਜ਼ ਔਰ ਭਾਈ ਮੁਹੰਮਦ ਰਿਆਜ਼ ਔਰ ਇਹਨਾਂ ਦੇ ਬੱਚੇ ਜ਼ੈਨ ਅਲੀ ਅਤੇ ਅਲੀ ਹਸਨ, ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਦਰਾਜ਼ ਫਰਮਾਵੇ, ਇਹਨਾਂ ਆਪਣੇ ਅੱਬੇ ਨੂੰ ਯਾਦ ਰੱਖਿਆ ਔਰ ਆਮਦ ਖਾਂ ਮਰਹੂਮ ਦੇ ਸਾਲੇ ਸਵਾਬ ਵਾਸਤੇ ਇਹ ਮਹਿਫਲ ਵੀ ਸਜਾਈ, ਹਜ਼ੂਰ ਦਾ ਮਿਲਾਦ ਵੀ ਕਰਾਇਆ ਔਰ ਇਹਨਾਂ ਯਾਰਵੀਂ ਸ਼ਰੀਫ ਦਾ ਕੱਚਾ ਹੱਥ ਵੇਖੋ ਨਾ, ਯਾਰਵੀਂ ਵਾਲਾ ਵੀ ਅਤੇ ਬਾਰਵੀਂ ਵਾਲਾ ਇਕੱਠ ਕਰ ਦਿੱਤੇ, ਬਸ ਸਵਾਦ ਆ ਗਿਆ। ਅੱਲਾ ਬੱਚਿਆਂ ਤੁਹਾਨੂੰ ਜ਼ਿੰਦਗੀ ਦਰਾਜ਼ ਕਰੇ, ਅੱਲਾ ਤੁਹਾਡੇ ਰਿਜ਼ਕ ਵਿੱਚ ਬਰਕਤਾਂ ਤਾਂ ਫਰਮਾ ਕੇ ਰੱਖੇ। ਹੁਣ ਤੁਹਾਡੇ ਅੱਬੇ ਦੇ ਨਾਂ ਦੀ ਡੋਲੀ ਅਤੇ ਭਾਈ ਮੁਜ਼ੰਮਲ ਸਾਹਿਬ ਵੀ ਵਿਆਹ ਦੇ ਆ ਜੀ, ਢੇਰ ਫਰਮਾਇਸ਼ਾਂ ਆਈਆਂ ਨੇ ਡੋਲੀ ਦੀਆਂ ਅਤੇ ਦੋ ਸ਼ੇਰ ਪੜ੍ਹ ਛੱਡੀਏ। ਹੱਥ ਖੜੇ ਕਰੋ ਜਿਹੜੇ ਥੱਕੇ ਪਏ। ਚੌਧਰੀ ਸੁਣਾ। ਨਹੀਂ ਜੀ, ਇਹਦੀਆਂ ਜਜ਼ਬੇ ਨੇ ਇਨਸ਼ਾਅੱਲਾ, ਇਹ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਰੂੜੀ ਬਲੋਚਾਂ ਵਾਲਿਆਂ ਬੱਚਿਆਂ ਚ ਬਾਬਿਆਂ ਚ ਜਜ਼ਬਾ ਹੀ ਬਣਾਇਆ, ਹਜ਼ੂਰ ਦਾ ਸਦਕਾ ਇਨਸ਼ਾਅੱਲਾ ਜਜ਼ਬਾ ਅਸ਼ਰ ਦੇ ਦੇ ਵੀ ਮੁਸਤਫਾ ਦਾ, ਜਦੋਂ ਚਿਹਰਾ ਵੇਖੋ ਤੇ ਮੁਸਤਫਾ ਜਾਨ ਰਹਿਮਤ ਪੇ ਲਾਖੋ ਸਲਾਮ ਲੱਪਣ ਦੀ ਤੋਫੀਕ ਅਤਾ ਫਰਮਾਏ। ਹਾਂ, ਦੋ ਸ਼ੇਰ ਸਮਾਤ ਫਰਮਾਓ, ਬਸ ਵਕਤ ਬੜਾ ਹੋ ਗਿਆ। ਹਾਂ ਟੁਰ ਜਾਣਾ ਏ ਓਏ ਲੋਕੋ, ਟੁਰ ਜਾਣਾ ਏ ਤਮਾਸ਼ੇ ਵਾਲੜਨੇ, ਆ ਮੇਲਾ ਭਰਿਆ ਭਰਾਇਆ ਰਹਿ ਜਾਣਾ ਏ, ਤੂੰ ਤੇ ਬੁਲਬੁਲਾ ਇੱਕ ਪਾਣੀ ਦਾ, ਆ ਮੇਰੇ ਵੇਂਦਿਆਂ ਵੇਂਦਿਆਂ ਠਹਿ ਜਾਣਾ ਏ, ਬੁਲ ਬੁਲਾ ਇੱਕ ਪਾਣੀ ਦਾ, ਆ ਮੇਰੇ ਵੇਂਦਿਆਂ ਵੇਂਦਿਆਂ ਠਹਿ ਜਾਣਾ ਏ। ਕਿਤੇ ਬੰਗਲੇ ਕਿਤੇ ਮਾੜੀਆਂ ਨੇ,
ਕਿਤੇ ਸੰਗਤਾਂ ਤੇ ਕਿਤੇ ਯਾਰੀਆਂ ਨੇ, ਜਦੋਂ ਮੌਤ ਨੇ ਵਾਜਾਂ ਮਾਰੀਆਂ ਨੇ, ਹੋਇਆ ਸਭ ਥਰਿਆ ਥਰਾਇਆ ਹੋ ਰਹਿ ਜਾਣੇ। ਅਗਲਾ ਹਾਸਲੇ ਕਲਾਮ ਸ਼ੇਰੇ, ਮੇਰੇ ਬੱਚੇ ਉਮਰ ਦਰਾਜ ਨੂੰ ਇਹਦਾ ਪਤਾ ਲੱਗ ਸੀ, ਜਾਂ ਮੇਰੇ ਬੱਚੇ ਰਿਆਦ ਹੁਸੈਨ ਨੂੰ ਪਤਾ ਲੱਗ ਸੀ। ਅੱਜ ਪਿਓ ਹੁੰਦਾ, ਅੱਜ ਬਹਾਰਾਂ ਪੁੱਤਰਾਂ ਦੀਆਂ ਵੇਂਦਾ, ਅੱਜ ਘਰ ਵਸਦਾ ਵੇਂਦਾ, ਬੜੀਆਂ ਖੁਸ਼ੀਆਂ ਹੁੰਦੀਆਂ। ਮਾਂ ਪਿਓ ਨੂੰ ਬੜੀ ਖੁਸ਼ੀ ਹੁੰਦੀ ਹੈ ਪੁੱਤਰਾਂ ਨੂੰ ਆਬਾਦ ਵੇਖ ਕੇ। ਕਿਆ ਸ਼ਾਇਰ ਨੇ ਹੱਦ ਕਰ ਛੱਡੀ, ਆਂਦਾ ਕਿਤੇ ਜੰਜਾਂ ਕਿਤੇ ਡੋਲੇ ਨੇ, ਕਿਤੇ ਗੁੱਡੀਆਂ ਤੇ ਕਿਤੇ ਪਟੋਲੇ ਲੇ, ਡੋਲੀ ਵਾਲਿਆਂ ਡੋਲੀ ਨੂੰ ਲੈ ਜਾਣਾ, ਹਮੇੜ ਬੈਠਾ ਬਿਠਾਇਆ ਹੋ ਰਹਿ ਜਾਣਾ ਏ, ਡੋਲੀ ਵਾਲਿਆਂ ਡੋਲੀ ਨੂੰ ਲੈ ਜਾਣਾ, ਹਮੇੜ ਬੈਠਾ ਬਿਠਾਇਆ ਹੋ ਰਹਿ ਜਾਣਾ ਏ। ਮੇਰਾ ਵੀਰ, ਮੈਂ ਉਸ ਡੋਲੀ ਦੀ ਗੱਲ ਪਿਆ ਕਰਨਾ ਵਾ ਜਿਹੜੀ ਅਹਿਮਦ ਖਾਂ ਬਲੋਚ ਦੀ ਡੋਲੀ, ਉਹਦੇ ਪੁੱਤਰ ਉਮਰ ਦਰਾਜ ਨੇ ਵੀ ਚਾਈ ਉਹ ਸੀ, ਰਿਆਦ ਹੁਸੈਨ ਨੇ ਵੀ ਚਾਈ ਉਹ ਸੀ। ਇਹ ਡੋਲੀ ਸੁਣਦਿਆਂ ਸੁਣਦਿਆਂ ਕਿਸੇ ਨੂੰ ਵਿਛੜੀ ਮਾਂ ਯਾਦ ਆ ਗਈ, ਕਿਸੇ ਨੂੰ ਵਿਛੜਿਆ ਵੀਰ ਯਾਦ ਆ ਗਿਆ, ਕਿਸੇ ਨੂੰ ਵਿਛੜਿਆ ਬਣਿਆ ਯਾਦ ਆ ਗਿਆ, ਕਿਸੇ ਨੂੰ ਵੀਰਾਂ ਦੀ ਡੋਲੀ ਯਾਦ ਆ ਗਈ, ਕਿਸੇ ਨੂੰ ਭੈਣਾਂ ਨੂੰ ਵੀਰ ਵਿਛੜੇ ਯਾਦ ਆ ਗਏ, ਕਿਸੇ ਬੁੱਢੜੀ ਮਾਂ ਨੂੰ ਆਪਣਾ ਪੁੱਤਰ ਯਾਦ ਆ ਗਿਆ, ਕਈਆਂ ਨੂੰ ਆਪਣਾ ਵਿਛੜਿਆ ਪਿਓ ਯਾਦ ਆ ਗਿਆ। ਜਦੋਂ ਉਮਰ ਦਰਾਜ ਨੇ ਆਪਣੇ ਪਿਓ ਦੀ ਡੋਲੀ ਚਾਈ ਉਹ ਸੀ, ਡੋਲੀ ਚੈਣ ਲੱਗਿਆਂ ਇੱਕ ਇਲਾਨ ਹੁੰਦਾ ਹੈ, ਹਟ ਜਾਓ ਪਿਛਾ ਧੀ ਆ ਗਈ ਏ। ਜਦੋਂ ਧੀ ਆਖਰੀ ਵਾਰ ਪਿਓ ਦਾ ਮੂੰਹ ਵੇਂਦੀ ਏ, ਫਿਰਾ ਆ ਜਾਂਦੇ ਨੇ ਆਖਰੀ ਵਾਰ ਫਿਰਾ ਦਾ ਮੂੰਹ ਵੇਂਦੇ ਨੇ, ਤੇ ਸਾਰੇ ਰਲ ਕੇ ਇੱਕੋ ਹੀ ਗੱਲ ਕਰਦੇ ਨੇ, ਡੋਲੀ ਚਾਣ ਵਾਲੇ ਲਓ ਯਾਰ ਹਵਾਲੇ ਰੱਬ ਦੇ, ਤੇ ਮਿਲ ਲੈ ਜਾਂਦੀ ਵਾਰੀ, ਇਸ ਮਿਲਨੇ ਨੂੰ ਯਾਦ ਕਰੇ ਸੇ ਤੇ ਰੋਸਾਂ ਉਮਰਾਂ ਸਾਰੀ। ਬਸ ਮੇਰਾ ਵੀਰ, ਮੈਂ ਮੁੱਕਦੀ ਗੱਲ ਮੁਕਾਵਾਂ, ਕਿਸੇ ਇੱਕ ਡੋਲੀ ਡਿੱਠੀ, ਕਿਸੇ ਦੋਵੇਂ ਡਿੱਠੀਆਂ, ਕਿਸੇ ਚਾਰ ਜਨਾਜ਼ੇ ਡਿੱਠੇ, ਪਰ ਏਡੀ ਡਾਡੀ ਡੋਲੀ ਕਿਸੇ ਨਹੀਂ ਵੇਖੀ। ਕਿਸੇ ਨੂੰ ਜਨਾਜ਼ੇ ਵੇਖ ਕੇ ਫਿਰਾ ਯਾਦ ਆ ਗਏ, ਕਿਸੇ ਨੂੰ ਜਨਾਜ਼ੇ ਵੇਖ ਕੇ ਆਪਣੇ ਵਿਛੜੇ ਬਣ ਜੇ ਯਾਦ ਆ ਗਏ, ਕਿਸੇ ਨੂੰ ਭਤੀਜੇ ਯਾਦ ਆ ਗਏ। ਕਈਆਂ ਭੈਣਾਂ ਨੇ ਕਬਰਸਤਾਨ ਵੱਲ ਈਦਾਂ ਦੇ ਦਿਹਾੜੇ ਰੁੱਖ ਕਰ ਲਏ, ਆਏ ਲੋਕੋ ਮੇਰਾ ਵੀਰ ਅੱਜ ਨਜ਼ਰ ਨਹੀਂ ਆਇਆ। ਉਹ ਇਮਾਮ ਸੱਜਾਦ ਮਦੀਨਿਓਂ ਨਿਕਲੇ, ਈਦ ਪੜਨ ਜਾ ਰਹੇ ਨੇ, ਅੱਖਾਂ ਵਿੱਚੋਂ ਰੱਤ ਪਈ ਡੁੱਲਦੀ ਏ। ਓਏ ਲੋਕੋ, ਅੱਜ ਮੇਰਾ ਅਸਗਰ ਬੜਾ ਯਾਦ ਪਿਆ ਆਉਂਦਾ ਏ, ਅੱਜ ਮੈਨੂੰ ਮੇਰਾ ਵੀਰ ਅਕਬਰ ਬੜਾ ਯਾਦ ਪਿਆ ਆਉਂਦਾ ਏ। ਸੈਯਦਾ ਸਗੀਨਾ ਪਾਕ ਕਦੀ ਮਦੀਨੇ ਨਾਨੇ ਦੇ ਰੌਜ਼ੇ ਵੱਲ ਜਾਂਦੀਆਂ ਨੇ, ਕਦੀ ਜੰਨਤ ਅਲ ਬਕੀ ਦੇ ਕਬਰਸਤਾਨ ਵੱਲ ਜਾਂਦੀਆਂ ਨੇ, ਆਵਾਜ਼ ਦਿੰਦੀਆਂ ਨੇ ਲੋਕੋ ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਤੇ ਨਗੋਣ ਨਿਮਾਣੀਆਂ ਬਹਿਣਾ ਜਸ ਬਹਿਣ ਦਾ
ਦਾ ਵੀਰ ਨਾ ਕੋਈ ਉਸ ਕੀ ਦੁਨੀਆ ਉੱਤੋਂ ਲੈਣਾ ਮੇਰਾ ਵੀਰ ਮੈਨੂੰ ਉਹ ਵੀ ਚਿਹਰੇ ਨਜ਼ਰ ਆ ਰਹੇ ਨੇ ਕਿਸੇ ਬਿਰਾ ਦੀ ਡੋਲੀ ਜਨਾਜ਼ੇ ਵਾਲੀ ਡਿੱਠੀ ਲੱਗ ਤਰੁੱਟ ਗਿਆ ਕਿਸੇ ਮਾਂ ਦੀ ਜਨਾਜ਼ੇ ਵਾਲੀ ਡੋਲੀ ਡਿੱਠੀ ਕਮਰ ਝੁੱਕ ਗਈ ਈਦ ਆ ਗਈ ਆਖੇ ਆਪਾ ਉਹ ਮੇਰਾ ਵੀਰ ਅੱਜ ਈਦਾਂ ਮੁੱਕ ਗਈਆਂ ਬਸ ਮੁੱਕਦੀ ਮੁੱਖਾਵਾਂ ਅੱਲਾ ਸਬਰ ਦੇਵੇ ਅੱਲਾ ਰੋਂਦਿਆਂ ਅਥਰੂਆਂ ਵਿੱਚ ਮੇਰੇ ਵੀਰਾਂ ਨੂੰ ਤੱਤੀ ਵਾਹ ਨਾ ਲੱਗੇ ਸ਼ਾਲਾ ਵਿਹੜੇ ਵਸਦੇ ਰਹਿਣ ਸ਼ਾਲਾ ਕਿਸੇ ਭੈਣ ਦਾ ਵੀਰ ਨਾ ਵਿਛੜੇ ਕਿਸੇ ਬੁੱਢੜੀ ਮਾਂ ਦਾ ਪੁੱਤਰ ਉਹਦੇ ਸਾਹਮਣੇ ਜਵਾਨ ਨਾ ਜਾਵੇ ਕਿਸੇ ਬਿਰਾ ਦੇ ਸਾਹਮਣੇ ਬਿਰਾ ਦੀ ਲਾਸ਼ ਨਾ ਜਾਵੇ ਬੜਾ ਔਖਾ ਮਨਜ਼ਰ ਹੁੰਦਾ ਹੈ ਭਾਈ ਇਮਰਾਨ ਸਾਹਿਬ ਤੁਸੀਂ ਇੱਥੇ ਜਨਾਜ਼ੇ ਚ ਆਏ ਨੇ ਮੇਰੇ ਵੀਰ ਜਨਾਜ਼ੇ ਚ ਆਏ ਨੇ ਮੇਰੇ ਭਾਈ ਅਹਿਮਦ ਖਾਨ ਦੀਆਂ ਬੱਚਿਆਂ ਨੇ ਅਹਿਮਦ ਖਾਨ ਦਾ ਜਨਾਜ਼ਾ ਛਾਇਆ ਹੈ ਭੈਣਾਂ ਹੱਥ ਮਲਦੀਆਂ ਰਹਿ ਜਾਂਦੀਆਂ ਨੇ ਪਿਓ ਦੇ ਪੁੱਤਰ ਜਨਾਜ਼ੇ ਨਾਲ ਟੁਰਦੇ ਨੇ ਮੀਆਂ ਸਾਹਿਬਾਂ ਦੇ ਨੇ ਤੱਤੀ ਸੀਖ ਤੇ ਮੱਖਣ ਪਕਾਉਣਾ ਬੜਾ ਹੀ ਡਾਡਾ ਔਖਾ ਕੰਮ ਹੈ ਬਚੜੇ ਕੁਹਾ ਕੇ ਦੀਨ ਬਚਾਉਣਾ ਮੇਰੇ ਪੀਰ ਹੁਸੈਨ ਦਾ ਕੰਮ ਹੈ ਲਾਲ ਕੁਹਾ ਕੇ ਦੀਨ ਬਚਾਉਣਾ ਮੇਰੇ ਪੀਰ ਹੁਸੈਨ ਦਾ ਕੰਮ ਹੈ ਬਦਰ ਗੁਲਾਦ ਦੀ ਮਾਂ ਪਿਓ ਜਾਣੇ ਕੀ ਜਾਣੇ ਲੋਕ ਬਿਗਾਨਾ ਕਦਰ ਹੁਸੈਨ ਦੀ ਮਾਂ ਜ਼ਹਰਾ ਜਾਣੇ ਜਾਂ ਜਾਣੇ ਹੁਸੈਨ ਦਾ ਨਾਨਾ ਮੇਰਾ ਬਾਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮਿਲਾਦੁਲਨਬੀ ਸੱਲੱਲਾਹੁ ਅਲੈਹਿ ਵਸੱਲਮ ਵਿੱਚ ਮੈਨੂੰ ਕੋਈ ਫਰਮਾਇਸ਼ ਨਾ ਕਰੇ ਈਦ ਮਿਲਾਦੁਲਨਬੀ ਖੁਸ਼ੀਆਂ ਦੇ ਦਿਨ ਨੇ ਬੜਾ ਅਜੀਬ ਮੰਜ਼ਰ ਬਣ ਜਾਂਦਾ ਹੈ ਅੱਲਾਹ ਬੜੇ ਹਬੀਬ ਦੇ ਸਦਕੇ ਸਬਰ ਜਮੀਲ ਅਤਾ ਫਰਮਾਏ ਅੱਲਾਹ ਮੇਰੇ ਬੱਚੇ ਭਾਈ ਉਮਰ ਦਰਾਜ਼ ਔਰ ਭਾਈ ਰਿਆਜ਼ ਅਮਨ ਔਰ ਅੱਗੋਂ ਇਹਨਾਂ ਦੇ ਬੱਚੇ ਜ਼ੈਨ ਅਤੇ ਅਲੀ ਹਸਨ ਜਾਂ ਜਿਤਨੇ ਬੱਚੇ ਨੇ ਅੱਲਾਹ ਆਪਣੇ ਹਬੀਬ ਦੇ ਸਦਕੇ ਜਿਨ੍ਹਾਂ ਜਿਨ੍ਹਾਂ ਤਾਮਨ ਕੀਤਾ ਜਿਨ੍ਹਾਂ ਜਿਨ੍ਹਾਂ ਇਸ ਮਜਲਿਸ 'ਚ ਆ ਕੇ ਰੰਗ ਦੁਬਾਲਾ ਕੀਤਾ ਮਹਿਫਿਲ ਦਾ ਅੱਲਾਹ ਆਪਣੇ ਹਬੀਬ ਦਾ ਸਦਕਾ ਕਰਮ ਫਰਮਾਏ ਇੱਕ ਮੇਰੀ ਆਖਰੀ ਰਿਕੁਐਸਟ ਸੁਣ ਲਓ ਤੁਹਾਡੇ ਪਿੰਡ 'ਚ ਇੱਕ ਮੈਂ ਸੁਣਿਆ ਮਦਰਸਾ ਵੀ ਹੈ ਹੈ ਜੀ ਹਿਫਜ਼ ਦੀ ਕਲਾਸ ਇੱਕ ਛੋਟੇ ਜਿਹੇ ਪਿੰਡ 'ਚ 30 ਤੋਂ 32 ਬੱਚੇ ਕੁਰਾਨ ਪਾਕ ਦੇ ਹਾਫਿਜ਼ ਬਣ ਰਹੇ ਨੇ ਇੱਕ ਬੱਚਾ ਅਗਰ ਰਾਤ ਨੂੰ ਕਿਸੇ ਰਾਤ ਵੀ ਭੁੱਖਾ ਸੌਂ ਗਿਆ ਤਾਂ ਸਾਰਾ ਟੱਬਰ ਸਾਰੇ ਪਿੰਡ ਵਾਲੇ ਘਰਾਂ 'ਚ ਵੇਖ ਕੇ ਕਾਜ ਕਰਨ ਤੁਰ ਗਿਆ ਮੇਰੇ ਮੁਹੰਮਦ ਮੁਸਤਫਾ ਫਰਮਾਇਆ ਮੇਰੇ ਵੱਲ ਕੋਈ ਨਾ ਆਇਓ ਮੇਰਾ ਪੁਰਾਣਾ ਮੁਹੰਮਦ ਦਾ ਪੁਰਾਣਾ ਭੁੱਖਾ ਰਾਤੀ ਸੌਂ ਗਿਆ ਦੱਸ ਰਹੇ ਨੇ ਕਿ ਦੋ ਹਾਫਿਜ਼ ਮਾਸ਼ਾਅੱਲਾ ਹਿਫਜ਼ ਕਰਕੇ ਫਾਰਗ ਹੋ ਚੁੱਕੇ ਯਾਰ ਤੁਹਾਡੇ ਪਿੰਡ 'ਤੇ ਰੱਬ ਦੀ ਰਹਿਮਤ ਨਹੀਂ ਵਸਦੀ ਪਈ ਰੱਬ ਦਾ ਕਰਮ ਨਹੀਂ ਖਾਸ ਜਦੋਂ ਆਪ ਅੱਲਾਹ ਤੈਨੂੰ ਰਿਜ਼ਕ ਦੇਵੇ ਨਾ ਜਦੋਂ ਕੋਈ ਰਕਸ਼ਾ ਚਲਾਉਣ ਵਾਲਾ ਅੱਲਾਹ ਨੂੰ ਰਕਸ਼ੇ 'ਚ ਪੈਸੇ ਦਿੰਦਾ ਹੈ ਲਓ ਵੀ ਅੱਜ ਸਵਾਰੀਆਂ ਵੱਲ ਚੱਲ ਗਈਆਂ ਨਾ ਅੱਜ ਪਰ ਮੈਂ 2500 ਕਮਾਉਂਦਾ ਉਹ 250 ਵਿੱਚੋਂ ਆਪਣੇ ਰੱਬ ਦੇ ਰਾਹ 'ਤੇ ਦੇਵੇ ਖਾਂ ਆਪਣੀ ਜ਼ਕਾਤ ਕੱਢੇ ਅੱਲਾਹ ਦੀ ਕਸਮ ਹੈ ਮੈਂ ਅਜ਼ਮਾ ਕੇ ਡਿੱਠਾ ਤੁਹਾਡੇ ਸਾਹਮਣੇ ਜ਼ਿੰਦਾ ਮਿਸਾਲਾਂ ਮੈਂ ਜਦੋਂ ਲੋੜ ਪਈ ਹੈ ਨਾ ਚੋਖੀਆਂ ਪੈਸਿਆਂ ਦੀ ਮੇਰੇ ਕੋਲ 21-22 ਘਰ ਲੱਗੇ ਨੇ ਯਤੀਮ ਬੱਚੀਆਂ ਦੇ ਬੇਵਾ ਬੱਚੀਆਂ ਗਰੀਬਾਂ ਦੇ ਮੇਰੇ ਕੋਲ ਜਦੋਂ ਨਹੀਂ ਨਾ ਹੁੰਦੇ 1.5 ਲੱਖ ਮੈਂ ਉਹ ਮਹੀਨੇ ਦਾ ਦੇਣਾ ਗਰੀਬਾਂ ਨੂੰ ਅੱਲਾਹ ਦੀ ਕਸਮ ਹੈ ਪਤਾ ਨਹੀਂ ਮੈਂ ਉਹਨਾਂ ਨੂੰ ਦੇਣਾ ਤਾਂ ਮੈਨੂੰ ਰੱਬ ਹੁਣ ਕਿੱਥੋਂ ਦੇ ਛੱਡਦਾ ਉੱਤੇ ਹੀ ਨਹੀਂ ਲੱਗਦਾ ਰੱਬ ਕਿਸ ਰੰਗ ਨਾਲ ਇਸ ਮਦਰਸੇ ਨੂੰ ਤਾਵਨ ਕਰਨਾ ਕਿ ਕੋਈ ਨਾ ਜੀ ਹੱਥ ਖੜਾ ਕਰੋ ਇਹਨੂੰ ਮਣ ਮਣ ਤੁਸੀਂ ਕਣਕ ਦਿਓ ਨਾ ਮਣ ਮਣ ਕਣਕ ਸਾਲ ਖਾ ਕੇ ਵੇਚ ਕੇ ਵੀ ਦਰਸ ਚੱਲਦਾ ਰਹਿੰਦਾ ਇਤਨੀ ਵੱਧ ਜਾਵੇ ਤੁਸੀਂ ਆਪਣੇ ਰਿਜ਼ਕ 'ਚ ਜ਼ਕਾਤ ਸਿਰਫ ਮੇਰੀਆਂ ਮਾਵਾਂ ਭੈਣਾਂ ਬੱਚੀਆਂ ਜ਼ਕਾਤ ਦੇਣ ਨਾ ਆਪਣੇ ਰਿਜ਼ਕ ਇਹ ਮਸਲਾ ਸਮਝਾ ਛੱਡਾਂ ਜਿਹੜੀ ਔਰਤ ਕੋਲ ਜ਼ੇਵਰ ਹੈ ਨਾ ਭਾਵੇਂ ਉਹ ਖਾਮਨ ਦੇ ਹੀ ਦਿੱਤਾ ਹੈ ਮਾਲਕ ਹੁੰਦੀ ਹੀ ਔਰਤ ਉਹਦਾ ਜ਼ੇਵਰ ਔਰਤ ਦਾ ਜਿਹੜਾ ਜ਼ੇਵਰ ਹੈ ਉਹਦੀ ਜ਼ਕਾਤ ਔਰਤ 'ਤੇ ਫਰਜ਼ ਦੇਣੀ ਦੇਣੀ ਖਾਮਦ ਨਹੀਂ ਹੈ
ਪੈਸੇ ਖਾਵਾਂ ਜਾਂ ਆਪਣੀ ਖਰਚੀ ਜਿਹੜੀ ਜੁੜਦੀ ਰਹਿੰਦੀ ਉਹਦੇ ਵਿੱਚੋਂ ਲੱਖ ਮਗਰੋਂ 2500 ਰੁਪਈਆ ਅਢਾਈ ਫੀਸਦ ਇਤਨੀ ਕੀ ਬਣਦੀ ਹੈ ਇੱਕ ਤੋਲੇ ਮਗਰੋਂ ਤਕਰੀਬਨ ਅੱਜ ਕੱਲ੍ਹ 2.5 ਲੱਖ ਦਾ ਤੋਲਾ 25 ਤੇ 25 50 5000 ਉੱਤੇ 1250 ਇਹ ਮੇਰੀਆਂ ਮਾਵਾਂ ਬਹਿਣਾ ਹੀ ਦਰਸ ਨਹੀਂ ਬੰਦ ਹੋਣ ਦਿੰਦੀਆਂ ਪਰ ਅਸੀਂ ਸਭ ਬਣ ਕੇ ਬੈਠੇ ਰਹਿੰਦੇ ਹਾਂ ਲਾਏ ਹੁਣ 6500 ਰੁਪਈਆ ਵੇ ਫਤਿਆ ਇਹ ਜ਼ਕਾਤ ਦੇਣੀ ਤੂੰ ਉੱਜੜ ਨਾ ਜੀ ਸਾਂ ਵਿੱਚ ਮੇਰੇ ਕੋਲ ਤੇ 9 ਤੋਲੇ ਪਿਆ ਵੇ 50000 ਜ਼ਕਾਤ ਵਿਧਾਨ ਦੇਵੇ ਮੌਲਵੀ ਨੂੰ ਆਪ ਸੱਥ ਨੂੰ ਦਿਪਦੀ ਤੇ ਅੰਮਾ ਤੈਨੂੰ ਇਹ ਪਤਾ ਹੈ ਬਸ ਡਾਕਟਰ ਤੇਰੇ ਕੋਲੋਂ 2.5 ਲੱਖ ਲੈ ਲੈਣਾ ਸਾਲ ਦਾ 2.5 ਲੱਖ ਦਵਾਈਆਂ ਤੇ ਲੱਗ ਜਾਣਾ ਹੈ ਵੇ ਆ ਕੈਪਸੂਲ ਲਈ ਆ ਬੀਬੀ ਮੇਰਾ ਮੇਧਾ ਪਾਠਾ ਹੈ ਵੇ ਫਤਿਆ ਸਿਰ ਦੀ ਪੀੜ ਸਾਰੇ ਜੀਆਂ ਨੂੰ ਸ਼ਾਮ ਨੂੰ ਨਹੀਂ ਜਾਂਦੀ ਵੇ ਤਕਾ ਉੱਲਾ ਵੇ ਮੇਰਿਆ ਬੱਚਿਆ ਵੇ ਪੁੱਤਰ ਘਰ ਉਜੜਿਆ ਪਿਆ ਵੇ ਪਤਾ ਨਹੀਂ ਖੈਰ ਕਿਉਂ ਨਹੀਂ ਜਿੰਨਾ ਘਰਾਂ ਚੋਂ ਜ਼ਕਾਤ ਨਿਕਲਦੀ ਰਹਿੰਦੀ ਹੈ ਘਰ ਦੇ ਜੀਵ ਹੀ ਹੌਲੇ ਰਹਿੰਦੇ ਹੈ ਰੱਬ ਸ਼ਿਫਾ ਵੀ ਅਤਾ ਕਰਦਾ ਰਹਿੰਦਾ ਹੈ ਜੀ ਜਿੰਨਾ ਘਰਾਂ 'ਚ ਜ਼ਕਾਤ ਨਹੀਂ ਨਾ ਨਿਕਲਦੀ ਆਪਣੇ ਗਿਣ ਕੇ ਵੇਖ ਲਿਆ ਮੱਝੀ ਤੇ ਗਾਈ ਤੇ ਰਕਸ਼ੇ ਤੇ ਦਵਾਈਆਂ ਤੇ ਜਿਹੜੇ ਪੈਸੇ ਲੱਗਦੇ ਨੇ ਇਹਨਾਂ ਨੂੰ ਗਿਣਦੇ ਰਵਿਆ ਜੇ ਜ਼ਕਾਤ ਨਾਲ ਉਬਾਲੇ ਨਾ ਲੱਗ ਜਾਣ ਤਾਂ ਮੈਨੂੰ ਆ ਕੇ ਫੜ ਲਿਵਿਆ ਮੇਰੇ ਮੁਹੰਮਦ ਮੁਸਤਫਾ ਦਾ ਫਰਮਾਨ ਹੈ ਜਿਸ ਘਰ ਵਿੱਚੋਂ ਜ਼ਕਾਤ ਨਿਕਲਦੀ ਰਵੇ ਉਸ ਮਾਲ ਦੀ ਹਿਫਾਜ਼ਤ ਅੱਲਾ ਦੇ ਫਰਿਸ਼ਤੇ ਆ ਕੇ ਕਰਦੇ ਰਹਿੰਦੇ ਵਾਸਤੇ ਮਦਰਸੇ ਨਾਲ ਤਾਮਨ ਕਰਨਾ ਹੈ ਕਰਨਾ ਕਿ ਨਹੀਂ ਕਰਨਾ ਕੁਰਾਨ ਦੇ ਹਾਫਿਜ਼ ਬਣ ਰਹੇ ਨੇ ਤੁਹਾਡੇ ਪਿੰਡ ਦਾ ਨਾਂ ਨਿਕਲ ਰਿਹਾ ਇਨਸ਼ਾਅੱਲਾ ਅਜ਼ੀਜ਼ ਇਸ ਤਰਸ ਨਾਲ ਪਿਆਰ ਕਰਨਾ ਹੈ ਕਾਰੀ ਮੁਜ਼ੰਮਲ ਸਾਹਿਬ ਮੁਹੰਮਦ ਨੇ ਕਾਰੀ ਸਾਹਿਬ ਉੱਥੇ ਮਿਹਨਤ ਕਰ ਰਹੇ ਨੇ ਕਦੀ ਕਦੀ ਲੱਗਦੇ ਆ ਆਪਣੇ ਘਰ 'ਚ ਗੋਸ਼ਤ ਆ ਕਾਰੀ ਸਾਹਿਬ ਨੂੰ ਆ ਲਓ ਕਾਰੀ ਸਾਹਿਬ ਤੁਸੀਂ ਪਕਾ ਕੇ ਖਾਓ ਕਦੀ ਪੱਕਾ ਲੈ ਜਾਂਦਾ ਕਦੀ ਘਰ 'ਚ ਆਪਣੇ ਲਈ ਸੋਹਣੇ ਪੈਸੇ ਲੈ ਗਿਆ ਕਾਰੀ ਸਾਹਿਬ ਤਨਖਾਹ ਜਾਣੇ ਤਾਂ ਤੁਸੀਂ ਜਾਣੋ ਆ ਜੀ ਆ ਮੇਰੇ ਲਈ ਨਜ਼ਰਾਨਾ ਮੈਂ ਅਕਸਰ ਆਪਣੇ ਪਿੰਡ ਦੀ ਇਮਾਮ ਮਸਜਿਦ ਨੂੰ ਇੰਜ ਹੀ ਨਾ ਲੱਗਦਿਆਂ ਟੱਪਦਿਆਂ ਫਦਾਈ ਰੱਖਣਾ ਜਿੱਥੇ ਕਿਸੇ ਮਦਰਸੇ ਦੇ ਕੋਲੋਂ ਗੁਜ਼ਰਾਂ ਉੱਥੇ ਅਲਹਮਦੁਲਿਲਾ ਮੈਂ ਤਾਮਨ ਕਰਦਾ ਰਹਿੰਦਾ ਅਤੇ ਰੱਬ ਮੈਨੂੰ ਕਮੀ ਨਹੀਂ ਦਿੰਦਾ ਤੁਸੀਂ ਅਮਲ ਕਰਕੇ ਵੇਖੋ ਰੱਬ ਇਸ ਦਿੰਦੇ ਆਇਆ ਫਸਾਂ ਬੇਕਾਏ ਨੇ ਇਹ ਅੱਗੇ ਤੁਹਾਡੇ ਕੋਲ ਆ ਜਿਹੜਾ ਕਬਰਸਤਾਨ ਇਹਦੇ ਵਿੱਚ ਕਦੀ ਕਦੀ ਆਉਂਦੇ ਨੇ ਮੈਂ ਆਉਂਦਾ ਨਾਨਾ ਅਤੇ ਸ਼ਬੀਨਾ ਪੜ੍ਹਨਾ ਇਸ ਬੱਚੇ ਦੀ ਵਜ੍ਹਾ ਨਾਲ ਇਹ ਬੰਦਾ ਅੱਜ ਇਸ ਹੱਦ ਤੱਕ ਮਜਬੂਰ ਹੋ ਗਿਆ ਇਹ ਆਫਤ ਸਾਹਿਬ ਜਿਹੜੇ ਇਹ ਬੱਚਾ ਬਿਮਾਰ ਹੋਇਆ ਇਹਨਾਂ ਪਹਿਲੇ ਸਾਊਂਡ ਬਣਾਇਆ ਆ ਸਾਊਂਡ ਸਿਸਟਮ ਆ ਜਿਹੜਾ ਬੱਚੇ ਨੇ ਅਲਵੀਦ ਵਾਲਿਆਂ ਬਣਾਇਆ ਇਹ ਬੱਚਾ ਬਿਮਾਰ ਹੋ ਗਿਆ ਮੈਨੂੰ ਇਹਨਾਂ ਅਗਲੇ ਦਿਨ ਦੱਸਿਆ ਆ ਕੇ ਅਤੇ ਮੈਂ ਮੁੜੇ ਉਹਨਾਂ ਨੂੰ ਪੈਸੇ ਚੌਲ ਸੌਲ ਅਤੇ ਸਮਾਨ ਗਲਤ ਰਹਿੰਦਾ ਇਹ ਬੱਚਾ ਬਿਮਾਰ ਹੋਇਆ ਤਾਂ ਸਾਊਂਡ ਸੁਣ ਵੇਚ ਕੇ ਇਹਨਾਂ ਆਪਰੇਸ਼ਨ ਕਰਾ ਛੱਡੇ ਬੱਚੇ ਇਹ ਵਿਚਾਰੇ ਦਾ ਸਾਰਾ ਕੁਝ ਜਮ੍ਹਾਂ ਪੂੰਜੀ ਉੱਤੇ ਲੱਗ ਗਈ ਆਪ ਨਬੀਨਾ ਹੈ ਇੱਕ ਹਮਸ਼ੀਰਾ ਦੀ ਨਬੀਨੀ ਹੈ ਅੱਗੋਂ ਉਹਦੇ 2 ਬੱਚੇ ਨੇ ਅੱਗੋਂ ਆਫਤ ਸਾਹਿਬ ਦੇ ਆਪਣੇ 5 ਬੱਚੇ ਕਮਾਉਣ ਵਾਲਾ ਕੋਈ ਨਜ਼ਰੀਆ ਨਹੀਂ ਮੰਗਤਾ ਸਮਝ ਕੇ ਨਹੀਂ ਮੇਰੇ ਮੁਹੰਮਦ ਅਰਬੀ ਦਾ ਸਨਾਖਾਂ ਸਮਝ ਕੇ 2 ਸ਼ੇਰ ਨਾਤ ਦੇ ਪੜ੍ਹਦਾ ਇਹਦੀ ਖਿਦਮਤ ਕਰਿਆ ਹੈ ਅੱਲਾਹ ਆਪਣੇ ਹਬੀਬ ਦੇ ਸਦਕੇ ਸਾਨੂੰ ਮੈਨੂੰ ਸਭ ਨੂੰ ਨੂਰੇ ਮੁਸਤਫਾ ਦੀ ਝਲਕ ਅਤਾ ਫਰਮਾਏ ਉਹ ਸਭ ਤੇ ਕਰਮ ਫਰਮਾ ਜੀ 2 ਸ਼ੇਰ ਪੜ੍ਹੋ ਬਿਸਮਿਲਲਾਹ।